ಜನ್ಮದಲ್ಲಿ ಇಲ್ಲ ನಾನು ಹತ್ತಾತು ಶಿಗೆ ನಾವು ಹೋಗೋದ ಕತಾವನ್ನು ಬಂತು ಮತ್ತೆ ಅವು ಈ ಆತದೆ ಇಲ್ಲ ರಬ್ಬೆ ಸಲ್ಲಿ ಅಲಾ ಮುಹಮ್ಮದಿ ಮಾಲಿ ಮುಹಮ್ಮದಿ ಯಾ ಫಾರಿಸ್ ಅಲ್ ಹಿಜಾಜ್ ಅದ್ರಿಕ್ನೀಂ 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 ಬಿಸ್ಮಿಲ್ಲಾಹಿ ರಹಮಾನ್ ರಹೀಮ್ ರಬ್ಬೆ ಶರಹ್ಲಿ ಸದ್ರಿ ವಯಸ್ಸಿರ್ಲಿ ಅಮ್ರಿ ವಹ್ಲು ಉಕ್ದತ ಮಿನ್ ಲಿಸಾನಿ ಯಫ್ಕಹು ಕೌಲಿ ಅಲ್ ಅಲಿಯೋ ಹುವಲ್ ಅಲಿ ಅಲ್ಲಾಹುಮ್ಮ ಸಲ್ಲಿ ಅಲಾ ಮುಹಮ್ಮದ್ ಮಾಲ್ ಮುಹಮ್ಮದ್ ವಾಜ್ಜಲ್ ಫರಜ ಅಲ್ ಮುಹಮ್ಮದ್ ಕರೀಮ್ ರಹಮಾನ್ ರಹೀಮ್ ಅಲ್ಲಾ ಮೇರೆ ಬುಜುರ್ಗ ಭಾಯಿಯಾಂ ದಿಯ ಸತ್ ಮಾತಮ್ ਵਿੱਚ ਛਾਈ ਆਪਣੇ ਦਰਬਾਰ ਵਿੱਚ ਕਬੂਲ ਤੇ ਮੰਜ਼ੂਰ ਫਰਮਾ ਬਾਨੀਆਂ ਨੇ ਮਜਲਿਸ ਦੇ ਜਮੀ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ ਜਮੀ ਮਕਾਸਦ ਸ਼ਰੀਅਤ ਪੂਰੇ ਫਰਮਾ ਹਾਜ਼ਰੀਨ ਮਜਲਿਸ ਮੁਮਿਨੀਨ ਮੁਮਨਾਤ ਸ਼ੀਅ ਸੁਨੀ ਹਜ਼ਰਾਤ ਦੀ ਮੇਰੇ ਸਮੇਤ ਜਾਇਜ਼ ਆਰਜ਼ੂ ਹੁਣੀਆਂ ਫਰਮਾ ਮਾਲਿਕ ਸਫੇ ਅਜ਼ਾ ਦੇ ਹਕੀਕੀ ਵਾਰਸ ਹਕੀਕੀ ਮਾਲਿਕ ਆਪਣੀ ਆਖਰੀ ਹੁਜਰ ਸਾਡੇ ਆਖਰੀ ਪੇਸ਼ਵਾ ਇਮਾਮ ਜ਼ਮਾਨਾ ਅਜਦ ਅੱਲਾਹੁ ਫਰ ਸ਼ਰੀਫ ਤਜੱਲ੍ਲਾਹੁ ਫਰਮਾ ਸਾਡਾ ਅਮਲ ਸਾਡਾ ਕਿਰਦਾਰ ਇਸ ਲਾਇਕ ਹੋਵੇ ਜੋ ਸਾਡਾ ਇਮਾਮ ਸਾਡੇ ਅਮਲੋ ਕਿਰਦਾਰ ਤੇ ਰਾਜ਼ੀ ਹੋਵੇ ਮਾਲਿਕ ਜਿਤਨੀ ਦੇਰ ਤੱਕ ਤੇਰੀ ਆਖਰੀ ਹੁਜਰ ਸਾਡੇ ਆਖਰੀ ਇਮਾਮ ਨੂੰ ਤੇਰੇ ਜਨ ਜ਼ਹੂਰ ਨਹੀਂ ਮਿਲਦਾ ਉਤਨੀ ਦੇਰ ਤੱਕ ਮਕਾਮਾਤ ਦੇ ਮੁਕੱਦਸਾਂ ਦੀ ਖੁਦ ਮੁਹਾਫਜ਼ਤ ਫਰਮਾ ਸਹਿਣ ਮੁਸਾਫਰਾ ਸ਼ਾਮ ਦੀ ਜ਼ਲੀ ਦੀ ਮੁਹਾਫਜ਼ਤ ਫਰਮਾ ਅਲੀ ਜੁਨ ਵਲੀ ਜੁਲਾ ਪੜ੍ਹਨ ਵਾਲੇ ਸ਼੍ਰੀ ਆਸਨਾ ਸ਼੍ਰੀ ਜਿਸ ਮਕਾਮ ਤੇ ਦੁੱਖ ਤਕਲੀਫ ਮੁਸੀਬਤ ਦੀ ਜ਼ਿੰਦਗੀ ਬਸਰ ਕਰ ਰਹੇ ਨੇ ਬਾਰਵੇਂ ਦੀ ਨਾ ਲੈਣੇ ਪਾਕ ਦਾ ਸਦਕਾ ਹਰ ਦੁਖੀ ਅਜ਼ਾਦਾਰ ਦੇ ਦੁੱਖ ਤਕਲੀਫ ਮੁਸੀਬਤਾਂ ਦੂਰ ਫਰਮਾ ਤਮਾਮ ਮੋਮਨੀ ਨੂੰ ਸਾਦਾਤ ਨੂੰ ਰਲ ਕੇ ਉੱਚੀ ਆਵਾਜ਼ ਨਾਲ ਆਮੀਨ ਆਖਣ ਦੀ ਤਾਕਤ ਉਹ ਤੋਫੀਕ ਅਤਾ ਫਰਮਾ ਇਹ ਜਿਤਨੇ ਹੱਥਰੇ ਦਰਬਾਰੇ ਵਾਲੀ ਹੈ ਝੁੱਠੇ ਨੀ ਕਿਸਾ ਦੇ ਮੁਹਤਾਜ ਨਾ ਹੋ ਮਾਲਕ ਸ਼ੋਦਾ ਇਮਾਮੀਆਂ ਦੇ ਦਰਜਾਤ ਬੁਲੰਦ ਫਰਮਾ ਅਹਿਲ ਬੈਤ ਦੇ ਘਰਾਂ ਨੇ ਲੈ ਕੇ ਸਲਵਾਤ ਸਮਝ ਕੇ ਇੱਕੋ ਸਲਵਾਤ ਪੜ੍ਹੋ ਤੇ ਪੜ੍ਹਨ ਵਾਲੇ ਆ ਬਾਪ ਕਸਰਤ ਨਾਲ ਮਿੰਬਰ ਤੇ ਤਸ਼ਰੀਫ ਫਰਮਾਏ ਜ਼ਾਕਰ ਨੂੰ ਵਕਤ ਵੇਖਣਾ ਚਾਹੀਦਾ ਅਗਰ ਮੈਂ ਵੀ ਘੰਟਾ ਪੜ੍ਹਾਂ ਤਾਂ ਯਕੀਨਨ ਹਰ ਜ਼ਾਕਰ ਦੋ ਦੋ ਚਾਰ ਚਾਰ ਦਿਨ ਵਿੱਚ ਮਜਲਸਾਂ ਪੜ੍ਹ ਦਿੰਦੀ ਅਤੇ ਲੰਬੀ ਮਜਲਸ ਹਰ ਬੰਦਾ ਪੜ੍ਹਨ ਲੱਗ ਪਵੇ ਅਤੇ ਬਸ ਸਿਲਸਿਲਾ ਅਗਲਾ ਰੁਕ ਪੈਂਦਾ ਇੰਨਾ ਟਾਈਮ ਦਿੱਤੇ ਹੋਏ ਜਿੱਥੇ ਜਿੱਥੇ ਦਿੱਤੇ ਹੋਏ ਨਾ ਇਹਨਾਂ ਨੂੰ ਬਹਿਣਾ ਚਾਹੀਦਾ ਜ਼ਿਆਦਾ ਦੇਰ ਤੁਹਾਨੂੰ ਵੀ ਹਾਂਜੀ ਅਬ ਘੰਟੇ ਦੇ ਹਿਸਾਬ ਨਾਲ ਸੁਣਾਈਏ ਅਤੇ ਬਰਦਾਸ਼ਤ ਤੁਹਾਡੇ ਕੋਲੋਂ ਵੀ ਨਹੀਂ ਹੁੰਦੀ ਮੇਰੇ ਤੋਂ ਪਹਿਲੇ ਮੁਲਕ ਦੇ ਨਾਮਵਾਰ ਅਤੇ ਬਾਦਸ਼ਾਹ ਜ਼ਾਕਰ ਪੜ੍ਹ ਚੁੱਕੇ ਮੇਰੇ ਤੋਂ ਬਾਅਦ ਜਦ ਤੱਕ ਕਿ ਸਰਕਾਰ ਦਾ ਜ਼ਿਕਰ ਜਾਰੀ ਉਹ ਸਾਰੀ ਰਸ ਮੁਲਕ ਦੇ ਬਾਦਸ਼ਾਹ ਜ਼ਾਕਰ ਪੜ੍ਹ ਸਨ ਜਿਹੜੀਆਂ ਜਾਇਜ਼ ਆਰਜ਼ੂਆਂ ਲੈ ਕੇ ਬੈਠੇ ਹੋ ਰੋਂਦੇ ਹੋ ਤੁਸੀਂ ਉਹ ਜਾਇਜ਼ ਆਰਜ਼ੂਆਂ ਬਾਰਗਾਹ ਮਾਸੂਮੀਨ ਅਲੈਹਿਮ ਸਲਾਮ ਵਿੱਚੋਂ ਕਿੰਨਣ ਦੀ ਕੋਸ਼ਿਸ਼ ਕਰਦੇ ਰਸ ਹੋ ਜਿਹੜੀਆਂ ਜਿਹੜੀਆਂ ਗਰਜ਼ਾਂ ਲੈ ਕੇ ਆਏ ਉਹ ਗਰਜ਼ ਜ਼ਿਹਨ ਵਿੱਚ ਰੱਖਣੀ ਸੈਯਦਾਂ ਹਰ ਮਜਲਿਸ ਵਿੱਚ ਵਾਜਿਬ ਸਮਝ ਕੇ ਜੁਮਲਾ ਆਦਾਂ ਪੜ੍ਹਨ ਵਾਲੇ ਨਾ ਡਿੱਠਕ ਕਰੋ ਜ਼ਿਕਰ ਡਿੱਠਕ ਜਿਸ ਵੇਲੇ ਜ਼ਿਹਨ ਵਿੱਚ ਜ਼ਿਕਰ ਹੋ ਸੀ ਫਿਰ ਜ਼ਿਕਰ ਆ ਲੈ ਉਸਦਾ ਅਜਰ ਅਤਾ ਫਰਮਾਏ ਬੜੀ ਖੂਬਸੂਰਤ ਅੰਦਾਜ਼ ਨਾਲ ਬਾਰਵੀਂ ਸਰਕਾਰ ਦੀ ਫਜ਼ੀਲਤ ਬਿਰਾਦਰੇ ਅਜ਼ੀਜ਼ ਪੜ੍ਹੀ ਹੈ ਔਰ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਸਾਈਆਂ ਦਾ ਮਸਾਇਦ ਬਿਆਨ ਕੀਤਾ ਤੁਸੀਂ ਬੜੀ ਮੁਹੱਬਤ ਨਾਲ ਕਮਾਲ ਅੰਦਾਜ਼ ਨਾਲ ਸੁਣੇ ਅੱਜ 19 ਜੇਠ ਦਾ ਦਿਨ ਹੈ ਦੂਜਿਆਂ ਲਫ਼ਜ਼ਾਂ 'ਚ 11 ਮੁਹੱਰਮ ਦਾ ਦਿਨ ਡਾ ਮੁਹੱਰਮ ਦੀ ਗੰਦੀ ਜੀਗਰ ਜਾਣੀ 18 ਡੇਟ ਕਰਬਲਾ ਦੇ ਮੈਦਾਨ ਵਿੱਚ ਨਬੀ ਦੀ ਮੋਹਰ ਦਾ ਸਵਾਰ ਬਹਿਣਾ ਦੇ ਡੇਦਿਆਂ ਸ਼ਿਮਰ ਹੱਸ ਕੇ 13 ਜ਼ਰਬਾਂ ਨਾਲ ਉੱਠਾ ਹੁਸੈਨ 13 ਜ਼ਰਬਾਂ ਨਾਲ ਮਾਰਾ ਗਿਆ ਇਮਾਮੇ ਹੁਸੈਨ ਅਲੈਹਿ ਸਲਾਮ ਦਾ ਇਹ ਸਰ ਚਾ ਕੇ ਕਮੀਨਾ ਉਸ ਪਾਸੇ ਟੁੱਟੇ ਜਿਹੜੇ ਪਾਸੇ ਹੁਸੈਨ ਦੀਆਂ ਬਹਿਣਾਂ ਖਲੋਤੀਆਂ ਇੱਕ ਉਹ ਗੁਜ਼ਰੇ ਤੁਸੀਂ ਸੋਚਦੇ ਪਏ ਉਸ ਮੈਂਬਰ ਛੱਡ ਦੇਣਾ ਮੈਂ ਦੋ ਦੇ ਦੋ ਬੈਣ ਕਰ ਲੈਣਾ ਅਗਰ ਇੱਕ ਬੰਦੇ ਦੀ ਵੀ ਹਾਏ ਨਿਕਲ ਗਈ ਤਾਂ ਮੇਰੀ ਗਰਜ਼ ਪੂਰੀ ਹੋ ਬਣੀ ਹੈ ਜੀ ਜ਼ਰੂਰ ਨਹੀਂ ਜੋ ਸਾਰਾ ਮਜਮਾ ਖਲੋ ਕੇ ਮਾਤਮ ਕਰੇ ਅਤੇ ਵੱਧ ਮਜਲਿਸ ਹੈ ਇੱਕ ਬੰਦਾ ਰੋ ਪਵੇ ਫਿਰ ਵੀ ਮਜਲਿਸ ਪੜ੍ਹਨ ਵਾਲਾ ਖੁਦ ਪੜ੍ਹੇ ਅਤੇ ਖੁਦ ਰੋਵੇ ਫਿਰ ਵੀ ਮਜਲਿਸ ਇਹ ਸਰ ਲੈ ਕੇ ਟੁਰਿਆ ਅਤੇ ਜਿਹੜੇ ਇੱਜ਼ਤ ਨਾਲ ਇਹ ਸਰ ਚ ਆਈ ਸੀਨੇ ਤੇ ਸੰਭਣ ਵਾਲੀ ਧੀ ਬਰਦਾਸ਼ਤ ਨਾ ਕਰ ਸਕਦਾ ਸੋਹਣੀ ਕਦਰ ਕੀਤੀ ਹੈ ਮਲਕਾ ਕਹਿੰਦਾ ਤੁਹਾਡੇ ਖਾਰਾ ਬਾਤ ਕਰਾਂ ਜੀ ਮੈਂ ਬਿਸਮਿਲਲਾ ਕਰਾਂ ਜ਼ਿੰਦਗੀਆਂ ਦਰਾਜ਼ ਹੁੰਦੀਆਂ
ہی برداشت نہ کر سکی بابا جی میں علی دی عزت دی قسم ہے حسین کریم کربلا دے سینے تے سمن علی جھولی دراز کر کے آ دیے جت لے وینی میری جھولی چ رکھ اینج نچا میں سنی ودیاں میرے باپ دا ایک وال ٹوٹیا میری دادی سارا دن بہ کے بیٹھ کے مائی میرے باپ نے انج نچا جت لے وینی میں تیرے نال لے وینی ہاں میری آگ آزادی منتاں کر دی رہی اس کمی نے کوئی نہ منی یہ لے کے اتھے آئے جتھے مختلف روایتن 30,000 50,000 یہ جڑی کربلا دے میدان یزید دی فوج آئی بابا جی خان صاحب بھی بیان پہ کر دیں جڑا میرا مطالعہ میں گزارش پہ کرتا ہوں میں 9 لاکھ تک بیان کیتا ہے میں 14 دی کچہری بابو جو کھڑا ہاں اگر تیرے روامن اس تے پڑھاں کمرے 14 ضابطے نہ ہوئے اس تو وڈا میرے کول تسلی دا جملہ کوئی نہیں کہیں لکھے 30,000 کہیں لکھے 50,000 کہیں لکھے 3 لاکھ کہیں لکھے 9 لاکھ کہیں لکھے 6 لاکھ 9 لاکھ 6 لاکھ انجے چلدا علامہ مجد سی 24 لاکھ لکھیا علامہ جعفر الزمان نے مجالس المنتظرین 50 لاکھ تک تعداد یزیدی فوج دی کربلا دے میدان وچ لکھی ہے حسین مظلوم کتنا ہے من غازی دے کٹیاں بالواں دی قسم ہے غازی دے سردار اتنا مظلوم آئی بھامی کربلا دے میدان نے پیر اسناد شاہ 30,000 فوج آئی تے بھامی آئی 50 لاکھ کربلا دے میدان وچ کوئی ایک بھی ایسا بے غیرت نہیں جس حسین نو نہ ماریا ہو جڑے ہاتھ وچ تیر ہے اس تیر مارے ہے جڑے ہاتھ وچ تلوار آئی اس تلوار ماری ہے جڑے ہاتھ وچ نیزہ آئی اس نیزہ دی بلا ہوئی علی دی علی دی نازی دی سونی قدر کی بھی ہے تسا مارن دے بعد شمر 13 ضربہ نال حسین کو کٹھا کٹیاں داڑیاں لے کوون دے بعد حسین دا سر گنا بھاویں 30,000 آئی تے بھاویں 50 لاکھ آئی اس مجمع دے سامنے کمینہ لے کے آیا تسا سنی بدے ہو کوئی جملہ تواڈے واسطے نواں نہیں ماون یہ جھولی تو لمحے تک تساں آزاد آ رہی کردے آ رہے ہو سنتے آ رہے ہو سنیندے آ رہے ہو جی یہ تے بہن بھرا دی محنت نتیجہ تک کرو تازہ نظر آندا ہے نا تو سنی ودیو حسین دا سر نیزے دی نوک تے آئی میری تحقیق ہے مگر میں تواڈے اشارہ کردا پتہ نہیں انہاں حسین دا سر تلے رکھے تے اُتے نیزا رکھے یا نیزے دے اُتے حسین دا سر رکھے سر نیزے دی نوک تے چٹیاں داڑیاں لو آندا گیا اس کمینے زمین وچ سر گڈیا سر زمین وچ سارا لسان زمین وچ گڈن دے بعد 9 لاکھ یا 50 لاکھ دے سامنے کمینہ ہسے تے ہس گیا تے میں مبارک دیو میں مہر نبوت دا جڑا سوار ہے میں اس دا قاتل ہاں میں حسین کو مارن والا اے مبارکاں ملدیاں کھڑیاں جو ڈھیر سارے بندے گھوڑیاں تو لتھے ان افسوس دے سیدو ہتھ ملے خدا دی لعنت ہوے ارشاد کمینے تے اس دی نگاہ پئی اس کمینے شمن نو آکھیا ونج پتہ کر خوشی دے ٹائم افسوس کرن والے بندے کون ہیں میں قرآن دے تری بارے دی قسم ہے شمر بھجدا گیا تے واپس آیا تے اس دسے اے بندے شام چو آئیں شام وچ اعلان ہویا جڑا حسین کو مرے سی منہ منگے انعام ملسی اے بندے شام وچ آئیں حسین کو مارن کربلا پہنچن پتہ لگا نا حسین مارا گئے اے سوچیں دے ودن جو سن انعام نہ ملسی اے کمینہ بکواس کر کے آدے نا ناک انعام توان بھی توڑی مرضی دے ملسی مگر ایک کام کرو اے بغیرت مجھ دے نکیڑا کام شمر اشارہ کر کے آدے میرا جرنائل پہ آدے میں او سامنے آلے ریت دے ٹبے دے چڑھ دا تو سان ڈھیر سارے گھوڑا سوار ہو کچھ شمال کچھ جنوب کچھ مشرق کچھ مغرب تو سن گھوڑے دی قطار بندی کرو میں ریل دے ڈبے تے چڑھ کے اشارہ دے سان شمال دے گھوڑے جنوب جنوب دے شمال مشرق دے مغرب مغرب دے مشرق ان لاشا دے اتنے گھوڑے بھجا جو آمن والی جنسی جان نہ سکن جو مورے نبوت دا سوار حسین کیڑا ہے بلا ہو بلا ہو یو میرے آپ سڑے بنا لے شریفو کہ ریل دے ڈبے تے چڑھیا اشارہ دے من لگے حبیب دے رشتہ دار سامنے آئے اکل دے کہہ دے اشارہ نہ دیویں اسا حبیب دی لاش تے اپنی موجودگی چ گھوڑے نہیں بھجن دے نہیں اے بغیرت تے چال او حبیب دی لاش جناب حبیب دی لاش حبیب دے رشتہ دار لا کے چار کے ٹر پے جناب فضا علی دی ٹھیک اتلا دتی تیرے بھرا دا گڈڑا صحابی پامالی تو بچ گئے علی دی علی اتھی دعا کیتی چٹیاں داڑیاں لو لاشاں چینیاں ہیں سیدادہ 4 لاشاں بچ گئی ہیں اے سمجھے انہاں دا رہ کوئی نہیں گیا کہندی کہندی لاش
ਇਹ ਖੂਨ ਦੀ ਲਾਜ ਇਹਨੇ ਆਸਰੇ ਤੇ ਅਲੀ ਦੀਆਂ ਧੀਆਂ ਵਤਨੋਂ ਉਠਾਈਏ ਜਨਾਬੇ ਅੱਬਾਸ ਦੀ ਲਾਜ ਕਹਿੰਦੇ ਅਲਹਮਦੁਲਿਲਾਹ ਖਲੋ ਕੇ ਮੰਦਾ ਮੰਦੇ ਦੁਨੀ ਹੁੰਦੀ ਲਾ ਜਿਹੜਾ ਬੇ ਨਹੀਂ ਮੁਹੰਮਦ ਆਈ ਤਰੀ ਹੁੰਦੀ ਲਾ ਜਿਹੜਾ ਦਾ ਮੁਹਰਮ ਦੀ ਢੱਲੀ ਦੀ ਗਰਮਾਨ ਮਾਨ ਆਈ ਸਰ ਸੰਗਦਾ ਚੌਥੀ ਹੁੰਦੀ ਲਾ ਸਹੀ ਇਸ ਨੂੰ ਈ ਦਲ ਧਿਆਣੇ ਵੱਲੇ ਦੀਆਂ ਜ਼ੁਲਫਾਂ ਦਾ ਪਾ ਕੇ ਮਦੀਨੇ ਦੀਆਂ ਗਲੀਆਂ ਟੁਰਦਾ ਵੀ ਆਈ ਤੇ ਆਦਾ ਹੁਸੈਨ ਮੇਰੇ ਚੂਹੇ ਤੇ ਮੈਂ ਹੁਸੈਨ ਚੂਹਾਂ ਜਿਹਦੇ ਨੇ ਚਾਰ ਲਾਸ਼ਾਂ ਬਚ ਗਈਆਂ ਨੇ ਸਮਝ ਇਹਨਾਂ ਦਾ ਰਹਿ ਕੋਈ ਨਹੀਂ ਗਿਆ ਬੇਗੈ ਰਤਨ ਹੱਕ ਹੋ ਕੇ ਇਸ਼ਾਰਾ ਦੇਵਣ ਲੱਗੇ ਸ਼ਿਮਰ ਸਾਹਮਣੇ ਆ ਕੇ ਆਦਾ ਇਸ਼ਾਰਾ ਨਾ ਦੇਵੀ ਅਰਬੀ ਦਾ ਤੂਰ ਦੇ ਮੁਤਾਬਿਕ ਅਸਾਂ ਬਾ ਜਿਤਨੇ ਘੋੜੇ ਭਜਾਵਣੇ ਮੈਂ ਹਾਜ਼ਰਾਂ ਮੇਰੇ ਮੁਰਸ਼ਦ ਦੀ ਲਾਜ ਤੇ ਘੋੜੇ ਨਾ ਭਜਾਓ ਮਤਾ ਵਫਾਏ ਤੇ ਫਰਕ ਨਾ ਆਵਲੇ ਉਹ ਮਾਤਮੀ ਨੌਜਵਾਨੋ ਤੁਹਾਡੇ ਘਰ ਬਾਦ ਰਵੇ ਨੇ ਇੱਕ ਮੰਜ਼ਰ ਦਿੱਠੇ ਅਲੀ ਦੇ ਬਚੜੇ ਇਮਾਮ ਇਮਾਮ ਹੁੰਦੇ ਜਿਹੜੇ ਰੰਗ ਚੋਏ ਸ਼ਬੀਰ ਦੀਆਂ ਕੱਟੀਆਂ ਰੰਗਾਂ ਚੋਂ ਆਵਾਜ਼ ਆਈ ਅਬਾਸ ਮੈਂ ਰਾਜ਼ੀ ਮੇਰਾ ਨਾਨਾ ਰਾਜ਼ੀ ਮੇਰੀ ਲਖਮੀ ਪਹਿਲੂ ਵਾਲੀ ਮਾਂ ਬਤੂਰ ਰਾਜ਼ੀ ਮੇਰਾ ਵੀਰ ਹਸਨ ਰਾਜ਼ੀ ਮੇਰਾ ਬਾਜ ਬਾਜ ਵੀ ਰਾਜ਼ੀ ਅਸਾਂ ਸਾਰੇ ਰਾਜ਼ੀ ਹਾਂ ਤੋੜੇ ਤੂੰ ਤੇ ਪਮਾਲੀ ਤੋਂ ਬਚ ਮੈਂ ਹੁਸੈਨ ਦੀ ਆਪਣੀ ਕਿਸਮਤ ਮੈਂ ਅਲੀ ਦੀ ਇੱਜ਼ਤ ਦੀ ਕਸਮ ਏ ਸ਼ਬੀਰ ਹੁਕਮ ਦੇ ਲਗੀ ਏ ਗਾਜ਼ੀ ਦੀ ਲਾਸ਼ ਜ਼ਮੀਨ ਤੋਂ ਜ਼ਮੀਨ ਦੀ ਲਗੀ ਗਈ ਏ ਜਿਹੜੀ ਤਸਵੀਰ ਰਹੀ ਏ ਫਿਜ਼ਾ ਜ਼ਮੀਨ ਤੇ ਜਾਣ ਪਈ ਏ ਅਲੀ ਦੀ ਆਲੀ ਅਲੀ ਦੀ ਆਵਾਜ਼ ਆਈ ਅਮਾ ਲਾਸ਼ਾਂ ਜੀ ਨੇ ਰਹੀ ਏ ਦੱਸਦੀ ਰਹੀ ਏ ਹੁਣ ਕਿਹੜੇ ਸੱਜਣ ਦੀ ਲਾਸ਼ ਜੀ ਵੀ ਏ ਦੱਸ ਨੇ ਸਗੀ ਜ਼ਮੀਨ ਤੇ ਜਾਣ ਗਈ ਏ ਆਵਾਜ਼ ਦੀ ਮਲਕਾ ਲੂਣੀ ਏ ਤੇ ਰੋ ਗਿਆ ਏ ਪੁੱਛਣਾ ਚਾਹਨੀ ਏ ਬੁਰਕਾ ਲਹਾ ਸਗੀਰ ਜਿਹੜੇ ਹਾਲਾਂ ਨੇ ਇਬਾਦਤ ਦੇ ਸ਼ਾਮਲ ਨੇ ਹੋਏ ਲਫ਼ ਤਬਦੀਲ ਕਰਕੇ ਖਿਦਮਤ ਕਰੇ ਨਾ ਇੱਕ ਜ਼ੈਨਬ ਦਾ ਵੀਰ ਇੱਕ ਨਿਖੜੀ ਸੋਰਾ ਆਪਣੇ ਸੀਨੇ ਥਲੇ ਲੋਕਾ ਇਮਾਮ ਹੁਕਮ ਦਿੱਤਾ ਇੱਕ ਵਾਰ ਕਰਵਟ ਬਦਲੀ ਆਪਣਾ ਸੀਨਾ ਵਿਰਾ ਦੇ ਸੀਨੇ ਨਾਲ ਲੜਾਇਸ ਸ਼ਬੀਰ ਕਰਵਟ ਬਦਲੀ ਆਪਣੀ ਪੁਸ਼ਤ ਅਕਬਰ ਦੀ ਪੁਸ਼ਤ ਨਾਲ ਲੜਾਈਐਸ ਹੁਣ ਹੁਸੈਨ ਦੀਆਂ ਕੱਟੀਆਂ ਰੰਗਾਂ ਚੋਂ ਆਰ ਪਈਆਂ ਦੀ ਆਈ ਮੇਰਾ ਅੱਲਾ ਹੁਣ ਰਾਜ਼ੀ ਹੈ ਮੇਰਾ ਸੀਨਾ ਜਾਣੇ ਘੋੜਿਆਂ ਦੀਆਂ ਟਾਪ ਜਾਣੇ ਤੇਰਾ ਦੀਨ ਬਚ ਗਿਆ ਮੇਰੀ ਮਾਂ ਬਤੂਲ ਦੇ ਬਾਹਰ ਬਲਾ ਹੋਈ ਸੋਹਣੀ ਕਦਰ ਕੀਤੀ ਮਲਕੇ ਮੰਦਰ ਕਹਿਣ ਡਿੱਠੇ ਅਲੀ ਦੀ ਆਲੀ ਅਧੀ ਹੱਕਾਂ ਦੇ ਕੇ ਫਰਮਾਈਂਦੀ ਏ ਸਕੀਨਾ ਜੀ ਫੁੱਫੀ ਅੰਮਾ ਮੇਰੀ ਲੈ ਇੱਕ ਬਚੜੀ ਜਦਾਂ ਤੰਗੀ ਬਣਦਾ ਵਸਦਾ ਹਾ ਕੂਫੇ ਤੇਰੇ ਦਾਦੇ ਦੀ ਸ਼ਾਹੀ ਆਈ ਮੇਰੇ ਬਾਬੇ ਅਲੀ ਦੀ ਸ਼ਾਹੀ ਆਈ ਮੇਰੇ ਭਰਾ ਹੁਸੈਨ ਨੂੰ
ਇੱਕ ਸ਼ੇਰ ਮਿਲਿਆ ਜੀ, ਉਹ ਸ਼ੇਰ ਦਾ ਨਾਮ ਮੇਰੇ ਹੁਸੈਨ ਵੀਰ ਅਬੁਲ ਹਾਰਸ ਰੱਖਿਆ। ਕੂਫੇ ਦੇ ਲੋਕਾਂ ਮੇਰੇ ਬਾਬੇ ਅਲੀ ਨੂੰ ਦਰਖਾਸਤ ਦਿੱਤੀ ਹੈ, ਜੰਗਲ ਦੀ ਸ਼ੈ ਹੈ ਹੁਸੈਨ ਕੋ ਆਖੋ ਜੰਗਲ ਟੋਰੇ। ਜਿਹੜੇ ਵੇਲੇ ਅਬੁਲ ਹਾਰਸ ਨੂੰ ਟੋਰਨ ਵਾਸਤੇ ਸ਼ਦਰਤੁਲ ਵਿਦਾ ਦੇ ਨੇੜੇ ਆਏ, ਸ਼ੇਰ ਦੇ ਗੱਲ ਹੀ ਤੇਰਾ ਬਾਬਾ ਹੁਸੈਨ ਭਾਈ ਪਾ ਕੇ ਆ ਦਿਨ ਬਰਦਾਸ਼ਤ ਕਰ ਸਕਦਾ ਹੈ ਤੇ ਕਰ। ਅੱਜ ਕੂਫੇ ਦੇ ਲੋਕ ਤੇਰੇ ਕੋਲੋਂ ਵਤਨ ਪੈ ਛੁੜੇ ਦਿਨ 28 ਰਜਾ 7 ਹਿਜਰੀ ਮੇਰੇ ਕੋਲ ਮਦੀਨਾ ਛੁੱਟਣਾ ਹੈ, ਲੇਕਿਨ ਮੈਂ ਹੁਸੈਨਾ ਦੱਖਣਾ ਹੋਰ ਕਈ ਜੰਗਲ ਨਹੀਂ, ਕਰਬਲਾ ਵਾਲੇ ਜੰਗਲ ਚ ਡੇਰੇ ਲਾਵੇ। 21 ਹਿਜਰੀ ਦਾ ਮੁਹਰਮ ਦੀ ਢਲਦੀ ਡੀਗਰ ਮੈਂ ਹੁਸੈਨ ਸੱਡ ਮਾਰਾਂ ਦੇਰ ਨਾ ਲਾਵੇ, ਮੈਂ ਮਜਬੂਰ ਹਾਂ ਮੇਰਾ ਸਜਾਦ ਸਦੀ ਦੇਰ ਨਾ ਲਾਵੇ। ਹੋ ਸਕਦਾ ਹੈ ਮੇਰਾ ਸਜਾਦ ਮਜਬੂਰ ਹੋਵੇ, ਮੇਰੀ ਕੋਈ ਪਰਦਾਦਾਰ ਦੀ ਸਦੀ ਦੇਰ ਨਾ ਲਾਵੇ। ਅੱਜ ਉਹ ਕਰਬਲਾ ਦਾ ਮੰਜ਼ਰ ਹੈ, ਅਸਾਂ ਨੂੰ ਡੀ ਗਿਆ ਪਰਦਾ ਬਚਿਆ ਹੋਵੇ, ਚਾਦਰ ਚਾਰ ਤੇ ਟਿੱਬੇ ਤੇ ਚੜ ਪਿਓ ਦੇ ਪਾਲੇ ਸ਼ੇਰ ਨੂੰ ਸੜ ਮਾਰ ਲੱਗੀ ਜਾਈਏ ਹੁਸੈਨ ਦੀ ਧੀ ਕਮਰੇ ਹੱਥਾਂ ਨਾਲ ਸਾਧੂ ਚਾਦਰ ਲਹਾਈਏ ਸਮਾਉ ਦਾ ਸੰਗਲਾ ਬਦੇਸ ਨਿੱਕੇ ਨਿੱਕੇ ਹੱਥਾਂ ਮਸ਼ਰਕ ਦੇ ਮਗਰਬ ਤੇ ਮਗਰਬ ਦੇ ਮਸ਼ਰਕ ਲਾਸ਼ਾਂ ਦੇ ਘੋੜੇ ਭੱਜ ਗਏ। ਉਸ ਵੇਲੇ